ਤੁਸੀਂ ਅੱਜ ਇੱਥੇ ਪਹੁੰਚੇ ਹੋ ਪ੍ਰੋਟੈਸਟ ਜਿਹੜਾ ਹੋ ਰਿਹਾ ਹੈ ਕਿੱਦਾਂ ਦੇਖੀਏ ਇਸ ਪ੍ਰੋਟੈਸਟ ਨੂੰ ਕਿਉਂਕਿ ਆਮ ਆਦਮੀ ਪਾਰਟੀ ਅੱਜ ਲਗਾਤਾਰ ਜਿਹੜਾ ਹੈ ਕਿਤੇ ਨਾ ਕਿਤੇ ਮਨੀਪੁਰ ਦਾ ਜੋ ਕਾਂਡ ਹੋਇਆ ਉਸ ਨੂੰ ਲੈ ਕੇ ਲਗਾਤਾਰ ਆਵਾਜ਼ ਚੁੱਕਦੀ ਨਜ਼ਰ ਆ ਰਹੀ ਹੈ। ਮਨੀਪੁਰ ਦਾ ਕਾਂਡ ਜਿਹੜਾ ਹੋਇਆ ਉਹ ਕਿੱਡਾ ਦੁਰਭਾਗਿਆਪੂਰਨ ਹੈ ਤੁਹਾਨੂੰ ਵੀ ਪਤਾ ਹੈ, ਸਾਰਾ ਦੇਸ਼ ਦੇਖ ਰਿਹਾ ਔਰ ਇੰਟਰਨੈਸ਼ਨਲੀ ਸਾਡਾ ਜੋ ਹਾਲਾਤ ਸਾਡੇ ਬਣੇ ਹੈ ਔਰ ਲੋਕ ਸਾਡੇ ਦੇਸ਼ ਬਾਰੇ ਕੀ ਸੋਚੂਗੇ, ਸਾਡੀਆਂ ਸਟੇਟਾਂ ਬਾਰੇ ਕੀ ਸੋਚੂਗੇ। ਇਹਨੂੰ ਜਿਹੜਾ ਗਵਰਨਮੈਂਟ ਸੈਂਟਰ ਗਵਰਨਮੈਂਟ ਦੀ ਡਿਊਟੀ ਬਣਦੀ ਸੀ ਉੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜਿਸ ਚੀਜ਼ ਦੀ ਵੀ ਲੋੜ ਪਈ ਆ ਉਹਨੂੰ ਲਾਗੂ ਕਰੇ। 82 ਦਿਨ ਇਹ ਮਾਮਲਾ ਜਿਹੜਾ ਦੱਬਿਆ ਰਿਹਾ, 3 ਮਈ ਦਾ ਮਾਮਲਾ ਦੱਬਿਆ ਰਿਹਾ, ਉਸ ਤੋਂ ਬਾਅਦ ਲੰਬੇ ਸਮੇਂ ਬਾਅਦ ਜਿਹੜਾ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ, ਉਸ ਤੋਂ ਬਾਅਦ ਪੂਰੇ ਦੇਸ਼ 'ਚ ਵਿਰੋਧ ਸ਼ੁਰੂ ਹੋ ਗਿਆ। ਇਹਦੇ ਪਿੱਛੇ ਸੈਂਟਰ ਗਵਰਨਮੈਂਟ ਦੀ ਮਨਸ਼ਾ ਜਿਹੜੀ ਹੈ ਸਾਹਮਣੇ ਆ ਗਈ, ਕਿਉਂ ਦੱਬਿਆ ਗਿਆ? ਕਿਉਂਕਿ ਸਟੇਟ ਦੇ ਵਿੱਚ ਉਹਨਾਂ ਦਾ ਸਰਕਾਰ ਹੈ, ਉਹਨਾਂ ਨੂੰ ਸੋਚਣਾ ਚਾਹੀਦਾ। ਇਹਦੇ 'ਤੇ PM ਸਾਹਿਬ ਹੋਮ ਮਿਨਿਸਟਰ ਨੂੰ ਸੋਚਣਾ ਹੈ। ਹੋਮ ਮਿਨਿਸਟਰ ਜਾ ਕੇ ਆਏ ਉੱਥੇ ਕੀ, ਜਦ ਹੋਮ ਮਿਨਿਸਟਰ ਨੂੰ ਨਹੀਂ ਦੱਸਿਆ ਗਈ ਇਹ ਗੱਲ, ਕਿਉਂ ਲੁਕੋ ਕੇ ਰੱਖੀ ਗਈ? ਦੇਸ਼ ਨੂੰ ਦੱਸਣ, ਪਾਰਲੀਮੈਂਟ 'ਚ ਦੱਸਣ, ਰਾਜਾ ਸਭਾ 'ਚ ਦੱਸਣ ਇਹ ਗੱਲ। ਕੁਝ ਵੀ ਪੰਜਾਬ 'ਚ ਗੱਲ ਹੁੰਦੀ ਹੈ, ਰਾਜਪਾਲ ਸਵਾਲ ਚੱਕਦੇ ਨੇ ਕਿ ਹਾਂ ਵੀ ਕੇਂਦਰ ਤੱਕ ਗੱਲ ਪਹੁੰਚਣੀ ਚਾਹੀਦੀ ਹੈ, ਪਰ ਉੱਥੇ ਗੱਲ ਚੱਕੀ ਗਈ, ਮੁੱਖ ਮੰਤਰੀ ਨੂੰ ਵੀ ਕੁਛ ਨਹੀਂ ਐਕਸ਼ਨ ਲਿੱਤਾ ਗਿਆ, ਕੇਂਦਰ ਤੋਂ ਵੀ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਰਾਜਪਾਲ ਜੀ ਸੈਂਟਰ ਗਵਰਨਮੈਂਟ ਦੇ ਟੂਲ ਦੀ ਤਰ੍ਹਾਂ ਕੰਮ ਕਰ ਰਿਹਾ, ਜਨਮਤ ਦਾ ਸਨਮਾਨ ਨਹੀਂ ਕਰ ਰਿਹਾ। ਇੱਥੇ ਰਾਜਪਾਲ ਜੀ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ। ਪਰ ਲੱਗਦਾ ਨਹੀਂ ਜਿੱਥੇ ਕੇਂਦਰ ਤੱਕ ਆਵਾਜ਼ ਪਹੁੰਚਣੀ ਚਾਹੀਦੀ ਸੀ ਉਸ ਵਕਤ ਮਨੀਪੁਰ ਦੀ ਆਵਾਜ਼ ਕੇਂਦਰ ਤੱਕ ਨਹੀਂ ਪਹੁੰਚੀ, ਜੇਕਰ ਕਿਸੇ ਹੋਰ ਸੂਬੇ ਦੀ ਗੱਲ ਹੁੰਦੀ ਹੈ ਤੇ ਮਿੰਟ ਤੋਂ ਪਹਿਲਾਂ ਜਿਹੜਾ ਕੇਂਦਰ ਐਕਸ਼ਨ ਲੈਂਦਾ। ਕਿਉਂਕਿ ਦੇਖੋ ਇਹ ਤੋਂ ਭੇਦਭਾਵ ਪਤਾ ਲੱਗਦਾ, ਉੱਥੇ ਉਹਨਾਂ ਦੀ ਆਪਣੀ ਸਰਕਾਰ ਹੈ, ਇਸ ਕਰਕੇ ਜਿਹੜਾ ਹੈ ਉਹਨਾਂ ਨੇ ਉਸ ਨਿਊਜ਼ ਨੂੰ ਦੱਬ ਕੇ ਰੱਖਿਆ। ਚਿੱਠੀ ਜਿਹੜੀ ਰਾਜਪਾਲ ਵੱਲੋਂ ਲਿਖੀ ਗਈ ਹੈ ਉਸ ਨੂੰ ਕਿਤੇ ਦੇਖਦੇ ਹੋ? ਕਹਿੰਦੇ ਕਿ ਅਸੀਂ ਤਾਂ ਲੀਗਲ ਐਡਵਾਈਸ ਲੈ ਲਈ, ਇਹ ਗੈਰ ਕਾਨੂੰਨੀ ਸੀਗਾ। ਇਹ ਸਿਰਫ ਰਾਜਪਾਲ ਦੀ ਜਿਹੜੀ ਭੂਮਿਕਾ ਵੈਰੀ ਫਸਟ ਡੇ ਤੋਂ ਹੀ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਦੇ ਟੂਲ ਦੀ ਤਰ੍ਹਾਂ ਹੈ, ਮੈਂ ਕਹਿ ਸਕਦਾ। ਪਰ ਉਹ ਕਹਿੰਦੇ ਕਿ ਕਰਪਸ਼ਨ ਦੇ ਕੁਝ ਮੈਨੂੰ ਮਾਮਲੇ ਵੀ ਪਤਾ ਲੱਗੇ, ਕਹਿੰਦੇ ਕਰਪਸ਼ਨ ਬਹੁਤ ਹੋ ਰਹੀ ਹੈ, ਸ਼ਿਕਾਇਤਾਂ ਮੇਰੇ ਕੋਲ ਰੈਗੂਲਰ ਪਹੁੰਚ ਰਹੀਆਂ ਨੇ। ਫਿਰ ਕਿਉਂ ਨਹੀਂ ਉੱਤੇ ਕਾਰਵਾਈ ਕਰਦੇ? ਕਿਹਨੇ ਰੋਕਿਆ? ਪੂਰੇ ਦੇਸ਼ 'ਚ ਇਹਨਾਂ ਨੇ ED ਕੀਤੀ ਹੋਇਆ ਤਾਂ ਕਿਉਂ, ਕਿਹਨੇ ਰੋਕਿਆ ਇਹਨਾਂ ਨੂੰ? ਸਾਡੇ ਨਾਲ ਮੰਤਰੀ ਬ੍ਰਹਮ ਸ਼ੰਕਰ ਜੈਪਾ ਜੋ ਕਿ ਸਿੱਧੇ ਤੌਰ ਦੇ ਉੱਤੇ ਇੱਥੇ ਪਹੁੰਚੇ ਨੇ, ਜਿਹੜਾ ਪ੍ਰੋਟੈਸਟ ਅੱਜ ਆਮ ਆਦਮੀ ਪਾਰਟੀ ਵੱਲੋਂ ਰੱਖਿਆ ਗਿਆ ਜੋ ਕਿ ਮਨੀਪੁਰ ਦੇ ਵਿੱਚ ਜਿਹੜਾ ਜੋ ਘਟਨਾ ਵਾਪਰੀ ਉਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਜਿਹੜਾ ਇਸ ਵਕਤ ਚੰਡੀਗੜ੍ਹ MLA ਹੋਸਟਲ ਦੇ ਵਿੱਚ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਹੈ ਮੁੱਖ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਾਲੰਟੀਅਰਸ ਨੇ ਉਹ ਇੱਥੇ ਪਹੁੰਚੇ ਹੋਏ ਨੇ, ਮੰਤਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਅਤੇ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਹੋਰ ਵੀ ਜਿਹੜੇ ਵਰਕਰਸ ਨੇ ਉਹ ਵੀ ਲਗਾਤਾਰ ਪਹੁੰਚੇ ਹੋਏ ਨੇ, ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਇੱਥੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ। ਸੋ ਤਸਵੀਰਾਂ ਸਿੱਧੇ ਤੌਰ ਦੇ ਉੱਤੇ ਜਿਹੜਾ ਵਿਰੋਧ ਇਸ ਵਕਤ ਮਨੀਪੁਰ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਘਟਨਾ ਨੂੰ ਲੈ ਕੇ ਇਸ ਵਕਤ ਆਮ ਆਦਮੀ ਪਾਰਟੀ ਦਾ ਜਿਹੜਾ ਵਿਰੋਧ ਹੈ ਉਹ ਵੱਡੇ ਤੌਰ ਦੇ ਉੱਤੇ ਜਿਹੜਾ ਹੈ ਨਜ਼ਰ ਆ ਰਿਹਾ। ਅਤੇ ਲਗਾਤਾਰ ਮੰਤਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ, ਮੰਤਰੀ ਜਿਹੜੇ ਨੇ ਉਹ ਇੱਥੇ ਲਗਾਤਾਰ ਜਿਹੜਾ ਹੈ ਵਿਰੋਧ ਜਿਹੜਾ ਇਸ ਪੂਰੀ ਘਟਨਾ ਦਾ ਕਰ ਰਹੇ ਨੇ। ਵੱਡੇ ਸਵਾਲ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ, ਕਹਿ ਰਹੇ ਨੇ ਕਿ ਸੂਬੇ ਉਸ ਸੂਬੇ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ ਅਤੇ ਦੇਸ਼ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ, ਫਿਰ ਕਿਉਂ ਮਾਮਲਾ ਜਿਹੜਾ ਉਹ ਹਾਲੇ ਤੱਕ ਦੱਬ ਕੇ ਰੱਖਿਆ ਗਿਆ ਸੀਗਾ, ਕੀ ਕਾਰਨ ਸੀਗਾ ਉਹ ਵੱਡਾ ਸਮਾਂ ਜਿਹੜਾ ਹੈ ਉਹ ਮਾਮਲਾ ਦੱਬ ਕੇ ਰੱਖਿਆ ਗਿਆ, ਉਸ ਚੀਜ਼ ਨੂੰ ਲੈ ਕੇ ਵੀ ਵੱਡੇ ਸਵਾਲ ਇਸ ਵਕਤ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਹੜਾ ਉਹ ਕੇਂਦਰ ਸਰਕਾਰ ਦੇ ਵਿੱਚ ਚੱਕਦੀ ਹੋਈ ਨਜ਼ਰ ਆ ਰਹੀ ਹੈ। ਕੈਮਰਾ ਪਰਸਨ ਰਵਿੰਦਰ ਡੋਗਰਾ ਦੇ ਨਾਲ ਸਾਜਿੰਦਰ ਉੱਲਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।